ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ ਆਪਣੇ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਸੁਰਜੀਤ ਜੀ, ਤੁਹਾਡਾ ਤਾਂ ਵਿਚਾਰ ਬਹੁਤ ਵਧੀਆ ਸੀ, ਜਿਹੜਾ ਕਸ਼ਮੀਰ ਭੈਣ ਜੀ ਹੈ ਨਾ, ਹਾਂਜੀ, ਮੈਂ ਕਹਿੰਦੇ ਬਾਰੇ ਬਾਰੇ ਜਾਵਾਂ, ਇਹਨਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ ਤੇ ਵਰਿੰਦਰ ਆਲੂ ਵਾਲਿਆਂ ਦੀ। ਜੀ ਜੀ ਜੀ, ਹਾਂਜੀ, ਦੋਨਾਂ ਨੂੰ ਚਾਹੀਦਾ, ਦੋਨਾਂ ਦੇ ਇੱਕੋ ਜਿੱਕੇ ਹੁੰਦੇ ਆ। ਹਾਂਜੀ ਬਿਲਕੁਲ ਸਹੀ ਕਹਿ ਰਹੇ, ਤੁਹਾਨੂੰ ਅਰਬਾ ਖਰਬਾ ਪਿਆਰ ਅਰਵਿੰਦ ਜੀ। ਅੱਜ ਮੇਰਾ ਫੋਨ ਲੱਗ ਗਿਆ, ਮੈਨੂੰ ਬਹੁਤ ਖੁਸ਼ੀ ਹੋਈ ਆ। ਥੈਂਕ ਯੂ ਸੋ ਮਚ। ਤੁਹਾਨੂੰ ਨਹੀਂ ਬਿਮਾਰ ਰਹਿਨੇ, ਫਿਰ ਵੀ ਮੈਂ ਹਿੰਮਤ ਰੱਖਦੇ ਮੈਂ ਖਾਣਾ ਖਾਂਦੀ ਸੀਗੀ ਜੇ ਤੁਹਾਡਾ ਵਿਚਾਰ ਸੁਣਿਆ। ਬਹੁਤ ਵਧੀਆ ਸੁਰਜੀਤ ਜੀ, ਥੈਂਕ ਯੂ, ਤੁਸੀਂ ਇੰਨਾ ਪਿਆਰ ਦਿੰਦੇ ਹੋ ਔਰ ਸਾਰਿਆਂ ਨੂੰ ਸੁਣਦੇ ਹੋ, ਬਹੁਤ ਬਹੁਤ ਅੱਛਾ ਲੱਗਦਾ। ਐਂਡ ਉਹੀ ਜਿਵੇਂ ਰੀਸੈਂਟਲੀ ਜਿਹੜੀ ਰਿਸਰਚ ਹੈਗੀ ਹੈ ਉਹਦੇ ਵਿੱਚ ਇਹ ਵੀ ਸਟੱਡੀ ਦੇ ਵਿੱਚ ਇਹ ਪਤਾ ਲੱਗਿਆ, ਕਹਿੰਦੇ ਕਿ ਜਿਹੜੇ ਬੰਦੇ ਵਾਈਫ ਦੇ ਪੇਰੈਂਟਸ ਨਾਲ ਅੱਛਾ ਰਿਲੇਸ਼ਨਸ਼ਿਪ ਰੱਖਦੇ ਹੈ ਉਹਨਾਂ ਦੀ ਲੌਂਗ ਲਾਸਟਿੰਗ ਮੈਰਿਜ ਹੈ ਔਰ ਹੈਪੀ ਮੈਰਿਜ ਹੈ। ਕਿਉਂਕਿ ਸਮ ਹਾਓ ਕਿਤੇ ਭਾਵੇਂ ਉਹ ਉੱਪਰੋਂ ਜਿੰਨਾ ਮਰਜ਼ੀ ਕਰੇ, ਲੇਕਿਨ ਅਗਰ ਤੁਹਾਡਾ ਰਿਸ਼ਤਾ ਉਹਦੇ ਪੇਰੈਂਟਸ ਨਾਲ ਅੱਛਾ ਹੈ ਤਾਂ ਉਹ ਅੰਦਰੋਂ ਤੁਹਾਨੂੰ ਰਿਸਪੈਕਟ ਕਰਦੀ ਹੈ, ਅੰਦਰੋਂ ਪਿਆਰ ਕਰਦੀ ਹੈ। ਸੋ ਖੱਟਿਆ ਕਿੰਨੇ ਬੰਦੇ ਨਹੀਂ, ਬਟ ਔਨ ਦਾ ਅਦਰ ਹੈਂਡ ਬੜਾ ਕਲੀਅਰ ਇੱਕ ਉਹਨਾਂ ਨੇ ਕੰਪੈਰੀਜ਼ਨ ਦੱਸਿਆ ਕਿ ਜਿਹੜੇ ਬੰਦਿਆਂ ਦੀ ਵਾਈਫ ਦੇ ਪੇਰੈਂਟਸ ਨਾਲ ਨਹੀਂ ਬਣਦੀ ਉਹਨਾਂ ਦੀ ਜਿਹੜੀ ਲਾਈਫ ਹੈ, ਮਤਲਬ ਮੈਰਿਡ ਲਾਈਫ ਹੈ, ਉਹਦੇ ਵਿੱਚ ਉੱਪਰ ਥੱਲੇ ਲੱਗਾ ਹੀ ਰਹਿੰਦਾ। ਸੋ ਔਨ ਦਾ ਅਦਰ ਹੈਂਡ ਕਹਿੰਦੇ ਨੇ ਕਿ ਉਹ ਥੋੜ੍ਹਾ ਕੰਪਲੀਕੇਟਡ ਹੈ ਕਿ ਜਿਸ ਲੇਡੀ ਦੀ ਬਣਦੀ ਹੈ ਬਹੁਤ ਪੇਰੈਂਟਸ ਨਾਲ ਉਹ ਕਈ ਵਾਰੀ ਇਟਸ ਲਿਟਲ ਮੋਰ ਕੰਪਲੀਕੇਟਡ, ਉਹਦੇ ਵਿੱਚ ਹੋਰ ਵੀ ਯੂ ਨੋ ਫੈਕਟਰਸ ਹੈਗੇ ਆ ਜਿਹੜੇ ਇਨਫਲੂਐਂਸ ਕਰਨਗੇ ਲੌਂਗ ਲਾਸਟਿੰਗ ਮੈਰਿਜ ਹੈ ਕਿ ਨਹੀਂ। ਬਟ ਸਮ ਹਾਓ ਗੁੱਡ ਫੋਰ ਬੋਇਜ਼ ਕਿ ਦਿਸ ਇਜ਼ ਈਜ਼ੀ, ਲਵ ਹਰ ਪੇਰੈਂਟਸ, ਗਿਵ ਦੈਮ ਫੁੱਲ ਰਿਸਪੈਕਟ, ਪੂਰੀ ਇੱਜ਼ਤ ਦਿਓ ਅਤੇ ਵਾਪਸੀ ਦੇ ਵਿੱਚ ਬੜਾ ਕੁਛ ਮਿਲੇਗਾ ਕਿ ਲੌਂਗ ਲਾਸਟਿੰਗ ਮੈਰਿਜ। ਔਰ ਲੌਂਗ ਲਾਸਟਿੰਗ ਮੈਰਿਜ ਦੇ ਵਿੱਚ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ, ਰਿਸਰਚਰਸ ਸੇ ਯੂ ਲਿਵ ਲੌਂਗਰ, ਯੂ ਲਿਵ ਮੋਰ ਹੈਲਦੀ ਲਾਈਫ। ਜਿਨ੍ਹਾਂ ਦੀ ਲੌਂਗ ਲਾਸਟਿੰਗ ਮੈਰਿਜ ਹੈਗੀ ਹੈ ਉਹਦੇ ਵਿੱਚ ਹੈਲਦੀਅਰ ਯੂ ਨੋ ਪੀਪਲ ਹੈਗੇ ਆ। ਸੋ ਇਟਸ ਅ ਵਿਨ ਵਿਨ ਸਿਚੁਏਸ਼ਨ। ਵੈਸੇ ਵੀ ਕਰਵਾਹਟ ਦੇ ਨਾਲ ਕੁਛ ਨਹੀਂ ਰੱਖਿਆ, ਜਿਸ ਤਰ੍ਹਾਂ ਕਸ਼ਮੀਰ ਜੀ ਨੇ ਸ਼ੇਅਰ ਕੀਤਾ, ਪਿਆਰ ਵੰਡੋ ਅਤੇ ਪਿਆਰ ਹੀ ਪਾਓਗੇ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।